ਲੁੱਟ ਲਓ ਲੁੱਟ ਲਓ, ਢਾਬੇ ਲੁੱਟ ਲਓ, ਬੱਸਾਂ ਲੁੱਟ ਲਓ, ਰੇਤਾ ਲੁੱਟ ਲਓ, ਸ਼ਰਾਬ ਦੇ ਠੇਕੇ ਲੁੱਟ ਲਓ, ਲੁੱਟ ਲਓ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈੱਟ ਕਰ ਦਿਓ। ਲੋਕਾਂ ਵੱਲ ਕੋਈ ਧਿਆਨ ਨਾ ਦਿਓ। ਪਬਲਿਕ ਦਾ ਕੀ ਹੈ, ਮਰਨਾ ਮਰਨ ਦਿਓ, ਕਿਸਮਤ 'ਤੇ ਛੱਡ ਦਿਓ, ਲਾਵਾਰ ਛੱਡ ਦਿਓ, ਇਹਨਾਂ ਨੂੰ ਕੁਛ ਨਹੀਂ ਹੁੰਦਾ। ਡਾਂਗਾ ਮਾਰੋ, ਕੁੱਟੋ, ਪਾਣੀ ਦੀਆਂ ਬਾਛੜਾਂ ਇਹਨਾਂ ਦੇ ਉੱਤੇ ਸੁੱਟੋ, ਟੈਂਕੀਆਂ 'ਤੇ ਚੜ੍ਹ ਲੈਣ ਦਿਓ, ਕੁਛ ਨਹੀਂ ਹੁੰਦਾ। ਕਿਉਂਕਿ ਰਾਜ ਕਰਾਂਗੇ 25 ਸਾਲ ਲੈ, ਐਂ 25 ਸਾਲ ਕਰੋਗੇ। ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ। ਉਹ ਦੇਖ ਲਓ ਖੇਰ ਖੱਖੜੀ ਕਰੇਲੇ ਹੋਇਆ ਪਿਆ ਅਕਾਲੀ ਦਲ, ਕੀ ਹਾਲਤ ਹੋ ਗਈ। ਕਾਰਨ ਇਹ ਕਿਹਨੇ ਕੀਤਾ, ਭਗਵੰਤ ਮਾਨ ਨੇ ਨਹੀਂ ਕੀਤਾ। ਕਈ ਬੰਦੇ ਮੇਰਾ ਨਾਂ ਲੈ ਜਾਂਦੇ ਨੇ, ਕਹਿੰਦੇ ਭਗਵੰਤ ਮਾਨ ਨੇ ਜਦੋਂ ਦਾ ਆਇਆ ਕਹਿੰਦੇ ਅਕਾਲੀ ਦਲ ਖਾ ਗਿਆ ਇਹ। ਉਹ ਮੈਂ ਕਿਹਾ ਮੈਂ ਨਹੀਂ ਖਾਧਾ, ਉਹ ਇਹ ਗੁਰੂ ਨੇ ਕੀਤਾ ਕੰਮ। ਉਹ ਜਿਹੜੀ ਗੁਰੂ ਦੀ ਬਾਣੀ ਰੋਲੀ ਹੈ ਇਹਨਾਂ ਨੇ, ਉਹ ਗੁਰੂ ਨੇ ਚੱਕੀ 'ਚ ਚਲਾਈ ਹੈ ਚੱਕੀ, ਉਹਨੇ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ। ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਇਹਨਾਂ ਦੀ ਮੱਤ ਮੱਚ ਗਈ। ਆਪਦੇ ਕੈਂਡੀਡੇਟ ਤੋਂ ਹੀ ਮੁੱਕਰ ਗਏ। ਤਕੜੀ ਕਿਧਰੇ ਹੋਰ ਫਿਰਦੀ ਹੈ, ਸੁਖਬੀਰ ਹਾਥੀ 'ਤੇ ਚੜ੍ਹਿਆ ਫਿਰਦਾ। ਕਾਂਗਰਸੀਆਂ ਦਾ ਵੀ ਇਹੀ ਹਾਲ ਹੈ, ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਇੱਧਰ ਨੂੰ ਫਿਰਦਾ। ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ। ਤੜਕੀ ਉੱਠ ਕੇ ਗਾਲਾਂ ਮੈਨੂੰ ਬਸ ਸਾਰੇ ਕੰਮਾਂ ਵਾਸਤੇ ਭਗਵੰਤ ਮਾਨ ਜ਼ਿੰਮੇਵਾਰ ਹੈ ਜੀ। ਉਹ ਭਾਈ ਮੈਂ 43,000 ਨੌਕਰੀ ਦੇਤੀ, ਉਹ ਮੈਂ ਬਿਜਲੀ ਫਰੀ ਕਰਤੀ, ਉਹ ਮੈਂ ਖੇਤਾਂ 'ਚ ਪਾਣੀ ਫਰੀ ਦੇਤਾ, ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40-40 ਸਾਲ ਤੋਂ ਉਹ ਕਰਤਾ। ਉਹ ਮੈਂ 1 ਕਰੋੜ ਰੁਪਈਆ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕੇ ਆਉਣਾ, ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜਾਏ। ਉਹ ਮੈਂ ਰਾਸ਼ਨ ਫਰੀ ਕਰਤਾ, ਕਣਕ ਵਧੀਆ ਮਿਲਦੀ ਹੈ ਮੇਰੇ ਵੱਲੋਂ, ਸੜਕਾਂ ਬਣਾਤੀਆਂ, 16 ਟੋਲ ਪਲਾਜ਼ੇ ਬੰਦ ਕਰਤੇ ਜਿਹੜੇ ਇਹਨਾਂ ਨੇ ਚਲਾਏ ਸੀ, ਉਈ ਚਲੀ ਜਾਂਦੇ ਸੀ। 60 ਲੱਖ ਰੁਪਈਆ ਰੋਜ਼ ਦਾ ਬਚਣ ਲੱਗ ਗਿਆ। ਮੈਂ ਆਮ ਆਦਮੀ ਕਲੀਨਿਕ ਖੋਲ੍ਹਤੇ, ਮੈਂ ਸਕੂਲ ਖੋਲ੍ਹੀ ਜਾਂਦਾ, ਮੈਂ ਮੈਡੀਕਲ ਕਾਲਜ ਬਣਾਈ ਜਾਂਦਾ। ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ, ਤੜਕੇ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ। ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਹੁਣ ਆ ਗਏ ਆਮ ਘਰਾਂ ਵਾਲੇ, ਆ ਸਾਰੇ ਇਹ ਆਮ ਘਰਾਂ ਦੇ ਹੈਗੇ ਨੇ। ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ, ਇਹਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ, ਅਤੇ ਲੋਕਾਂ ਦੇ ਦਿਲਾਂ 'ਚ ਵੜ ਗਏ ਇਹ ਹੁਣ ਜਾਂਦੇ ਨਹੀਂ, ਸਾਡੀਆਂ ਵਾਰੀਆਂ ਨਹੀਂ ਆਉਣੀਆਂ, ਆਹ ਦਿੱਕਤ ਹੈ, ਹੋਰ ਕੋਈ ਪੰਗਾ ਨਹੀਂ ਨਾ। ਅਤੇ ਭਾਈ ਅਸੀਂ ਵਾਰੀਆਂ ਦਿੱਤੀਆਂ ਸੀ ਤੁਹਾਨੂੰ, ਅਤੇ ਤੁਸੀਂ ਆਪਣੀਆਂ ਵਾਰੀਆਂ 'ਚ ਕਰਦੇ ਕੀ ਰਹੇ। ਪਿਛਲੇ 25 ਸਾਲ ਲਾ ਲਓ, 2022 ਤੱਕ, 1997 ਤੋਂ 2002 ਤੱਕ ਬਾਦਲ, 2002 ਤੋਂ 2007 ਤੱਕ ਕੈਪਟਨ, 2007 ਤੋਂ 2017 ਤੱਕ ਫੇਰ ਬਾਦਲ, 2017 ਤੋਂ 2022 ਤੱਕ ਫੇਰ ਕੈਪਟਨ, ਯਾਨੀ ਕਿ 25 ਸਾਲ ਤਾਂ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ। ਜੇ ਚੱਜ ਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਤੁਹਾਡੇ ਤੋਂ ਗਾਲਾਂ ਖਾਣ ਦੀ, ਜੇ ਤੁਸੀਂ ਚੱਜ ਦੇ ਨਿਕਲੇ ਹੁੰਦੇ। ਕਲਾਕਾਰ ਸੀ, ਇੱਕ ਸ਼ੋਅ ਦਾ 25 ਲੱਖ ਲੈਂਦਾ ਸੀ, ਅੱਜ ਤੋਂ 20 ਸਾਲ ਪਹਿਲਾਂ ਮੈਂ ਪੈਸੇ ਕਮਾਉਣ ਆਇਆ ਇੱਥੇ। ਉਹ ਕੇਜਰੀਵਾਲ ਸਾਹਿਬ IRS ਅਫਸਰ ਨੇ, ਇਨਕਮ ਟੈਕਸ ਦੇ ਕਮਿਸ਼ਨਰ ਨੇ, ਉਹਨਾਂ ਦੀ ਘਰ ਵਾਲੀ IRS ਅਫਸਰ ਹੈ, ਇਨਕਮ ਟੈਕਸ ਦੀ ਕਮਿਸ਼ਨਰ ਹੈ।
ਦੋਨੇ ਮੀਆਂ ਬੀਬੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ, ਉਹ ਇਸ ਕੰਮ ਵਾਸਤੇ ਆਏ ਸੀਗੇ ਚੱਕ ਕੇ ਝੂਠੇ ਕੇਸ 'ਚ ਜੇਲ੍ਹ 'ਚ ਸੁੱਟ ਦਿਓ ਉਹਨਾਂ ਨੂੰ, ਇਹ ਕਰਨ ਆਏ ਸੀ? ਡਰਦੇ ਨੇ ਬਸ ਸਾਥੋਂ, ਕਿਉਂਕਿ ਅਸੀਂ ਆਮ ਬੰਦੇ ਹਾਂ, ਇਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲੇ, ਇਹਨਾਂ ਦੀਆਂ ਕੁਰਸੀਆਂ ਗਈਆਂ ਤਾਂ ਕਹਿੰਦੇ ਅੰਦਰ ਕਰ ਦਿਓ ਇਹਨਾਂ ਨੂੰ ਬਸ, ਇਹ ਐਂ ਕਿਵੇਂ ਆ ਗਏ? ਆਪ 'ਚ ਰਲੇ ਹੋਏ ਨੇ, ਹਾਸੇ ਠੱਠੇ ਹੋ ਜਾਂਦੇ ਨੇ, ਹਾਸੇ ਠੱਠੇ ਹੋ ਜਾਂਦੇ ਨੇ, ਜਜ਼ਬੇ ਮੱਠੇ ਹੋ ਜਾਂਦੇ ਨੇ, ਉਹ ਰਲਦੇ ਨਹੀਂ ਤਾਂ ਸਾਧ ਨਹੀਂ, ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ। ਅਸੀਂ ਸਾਧ ਹਾਂ, ਅਸੀਂ ਨਹੀਂ ਰਲਦੇ ਹਾਂ, ਚੋਰ ਤਾਂ ਆਪਸ 'ਚ ਇਕੱਠੇ ਹੋ ਜਾਂਦੇ ਨੇ, ਸਾਰੇ ਇਕੱਠੇ ਨੇ, ਚੋਰ ਚੋਰ ਮਸੇਰੇ ਭਾਈ ਇਕੱਠੇ ਨੇ ਸਾਰੇ। ਸੋ ਇਸ ਕਰਕੇ ਤੁਹਾਡੇ ਕੋਲ ਆਏ ਹਾਂ, ਝਾੜੂ ਦਾ ਚੋਣ ਨਿਸ਼ਾਨ ਹੈ 5ਵੇਂ ਨੰਬਰ 'ਤੇ ਮਸ਼ੀਨ 'ਚ ਆਉਣਾ, ਆਪਾਂ ਪਹਿਲੇ ਨੰਬਰ 'ਤੇ ਹੈ। ਇਹ ਸੀਟ ਦੇ ਕਿਸੇ ਹੋਰ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ, ਇਹ ਸੀਟ ਦੇ ਕਾਂਗਰਸ ਜਾਂ ਬੀਜੇਪੀ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ, ਇਹਦੇ ਆਮ ਆਦਮੀ ਪਾਰਟੀ ਦੇ ਜਿੱਤਣ ਨਾਲ ਇੱਕ ਕੰਮ ਤੁਹਾਡਾ ਹੋ ਜੂਗਾ, ਤੁਹਾਡਾ ਸਰਕਾਰ 'ਚ ਹਿੱਸਾ ਪੈ ਜੂਗਾ, ਅਤੇ ਜਿੰਨੇ ਕੰਮ ਕਹੋਗੇ ਮਹਿੰਦਰ ਭਗਤ ਜੀ ਅਰਜੀ ਲਿਆ ਕਰਨਗੇ, ਸਾਈਨ ਮੈਂ ਕਰਿਆ ਕਰੂੰ, ਸਵਰਗ ਬਣਾ ਦਿਆਂਗੇ ਇੱਥੇ। ਜੋ ਗਲੀਆਂ 'ਚ ਮੈਨੂੰ ਪਤਾ ਲੱਗਿਆ ਨਸ਼ਿਆਂ ਨੁਸ਼ਿਆਂ ਸਭ ਮੈਂ ਰੋਜ਼ ਕਰੀ ਜਾਂਦਾ, ਚਲੋ ਵੀ ਪੁਲਿਸ ਨੂੰ ਕਹਿੰਦੇ ਹਾਂ ਚੱਕ ਕੇ ਫੜੋ ਬਈ, ਕਿਤੇ ਕੋਈ ਲੁੱਟਾਂ ਖੋਹਾਂ ਵਾਲੇ ਹੈਗੇ ਨੇ ਚੱਕ ਕੇ ਫੜੋ। ਸੋ ਜ਼ਿੰਦਗੀ ਕਈ ਵਾਰੀ ਪਰਮਾਤਮਾ ਮੌਕਾ ਦੇ ਦਿੰਦਾ, ਰੱਬ ਜੋ ਕਰਦਾ ਸਹੀ ਕਰਦਾ। ਇਹ ਕਹਾਵਤ ਪਤਾ ਕਦੋਂ ਬਣੀ ਸੀ? ਜਦੋਂ ਰੱਬ ਜੋ ਕਰਦਾ ਸਹੀ ਕਰਦਾ। ਅਕਬਰ ਬਾਦਸ਼ਾਹ ਆਪਣੇ ਪੂਰੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ, ਹਾਥੀ 'ਤੇ ਬਹਿ ਕੇ ਘੋੜੇ ਲੈ ਕੇ, ਅਚਾਨਕ ਜਦੋਂ ਤਲਵਾਰ ਕੱਢਣ ਲੱਗਿਆ ਹਾਥੀ ਤੋਂ ਉੱਤਰ ਕੇ, ਸ਼ਿਕਾਰ ਜਾਣਾ ਸੀ ਅੰਦਰ ਜੰਗਲ ਦੇ, ਆਪਣੇ ਹੀ ਗੂਠਾ ਵੱਢਿਆ ਗਿਆ ਤਲਵਾਰ ਨਾਲ, ਰੋਵੇ ਪਿੱਟੇ ਮੇਰਾ ਗੂਠਾ ਵੱਢਿਆ ਗਿਆ। ਵੈਦ ਨਾਲ ਚੱਲਦੇ ਸੀ, ਵੈਦ ਆਏ ਪੱਟੀ ਕਰਨ ਲੱਗੇ, ਵੀਰ ਵੱਲ ਆ ਗਿਆ, ਕਹਿੰਦੇ ਕੀ ਹੋ ਗਿਆ? ਅਕਬਰ ਕਹਿੰਦਾ ਐਂ ਕਰਕੇ ਯਾਰ ਮੇਰਾ ਆਪਣੇ ਅੰਗੂਠਾ ਵੱਢਿਆ ਗਿਆ। ਬੀਰਬਲ ਕਹਿੰਦਾ ਵਧੀਆ ਹੋ ਗਿਆ ਬਾਦਸ਼ਾਹ, ਰੱਬ ਜੋ ਕਰਦਾ ਸਹੀ ਕਰਦਾ। ਬੜਾ ਗੁੱਸਾ ਆਇਆ ਅਕਬਰ ਨੂੰ, ਕਹਿੰਦਾ ਮੇਰਾ ਅੰਗੂਠਾ ਵੱਢਿਆ ਗਿਆ, ਇਹ ਕਹਿੰਦਾ ਰੱਬ ਜੋ ਕਰਦਾ ਸਹੀ ਕਰਦਾ। ਉਹ ਕਹਿੰਦਾ ਮੇਰਾ ਅੰਗੂਠਾ ਬਾਅਦ 'ਚ ਪੱਟੀ ਕਰਿਓ, ਪਹਿਲਾਂ ਮੇਰਾ ਹੁਕਮ ਹੈ ਬੀਰਬਲ ਨੂੰ ਮਹਿਲਾਂ 'ਚ ਲਿਜਾ ਕੇ ਫਾਂਸੀ ਚਾੜ ਦਿਓ। ਉਹਨੂੰ ਫੜ ਕੇ ਲੈ ਗਏ ਜੀ ਘੋੜੇ 'ਤੇ ਚੱਕ ਕੇ, ਪੱਟੀ ਪੁੱਟੀ ਕਰਾ ਕੇ ਬਾਦਸ਼ਾਹ ਚਲਿਆ ਗਿਆ ਸ਼ਿਕਾਰ ਨੂੰ, ਜੰਗਲ ਦੇ ਅੰਦਰ ਚਲਾ ਗਿਆ। ਅੰਦਰ ਕਿਤੇ ਆਦੀਵਾਸੀ ਫਿਰਦੇ ਸੀ ਜੰਗਲ ਦੇ, ਉਹਨਾਂ ਨੇ ਫੜ ਲਿਆ। ਉਹ ਫੜ ਕੇ ਕਹਿੰਦੇ ਅੱਜ ਸਾਡਾ ਇੱਕ ਤਿਉਹਾਰ ਦਾ ਦਿਨ ਹੈ, ਅਸੀਂ ਇੱਕ ਬੰਦੇ ਦੀ ਬਲੀ ਦੇਣੀ ਹੁੰਦੀ ਹੈ, ਬਸ ਸਾਨੂੰ ਤਾਂ ਲੱਭ ਗਿਆ ਬੰਦਾ। ਲਿਜਾ ਕੇ ਇੱਕ ਪਿੱਪਲ ਥੱਲੇ ਧੂਈ ਜੀ ਲੱਗੀ ਹੋਈ ਸੀ, ਪੁੱਠਾ ਟੰਗ ਲਿਆ ਅਕਬਰ, ਕਹਿੰਦੇ ਬਸ ਥੋੜ੍ਹਾ ਚਿਰ ਮੰਤਰ ਪੜ੍ਹਨਾ, ਉਹ ਤੋਂ ਬਾਅਦ ਅਸੀਂ ਗਰਦਨ ਕਲਮ ਕਰ ਦੇਣੀ ਹੈ, ਬਲੀ ਦੇਣੀ ਹੈ ਅਸੀਂ ਆਪਣੇ ਦੇਵਤਾ ਨੂੰ। ਹੂ ਹਾ ਹੀ ਹੂ 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 ਫਾਸ਼ਾ ਕਰਕੇ ਜਿਸ ਵੇਲੇ ਤਲਵਾਰ ਕੱਢ ਕੇ ਗਰਦਨ ਵੱਢਣ ਲੱਗੇ, ਉਹ ਇੱਕ ਬਜ਼ੁਰਗ ਦੀ ਨਿਗਾਹ ਪੈ ਗਈ, ਉਹ ਕਹਿੰਦਾ ਰੁਕ ਜਾਓ ਇਹ, ਰੁਕ ਜਾਓ ਇਹ, ਦੇਵਤਾ ਆਪਣਾ ਬਹੁਤ ਆਪਾਂ ਨੂੰ ਗੁੱਸੇ ਹੋ ਜੂ ਆਪਣੇ ਨਾਲ, ਕਹਿੰਦਾ ਇਹ ਪੂਰਾ ਇਨਸਾਨ ਨਹੀਂ, ਇਹਦਾ ਅੰਗੂਠਾ ਵੱਢਿਆ ਹੋਇਆ, ਆਪਾਂ ਪੂਰੇ ਇਨਸਾਨ ਦੀ ਬਲੀ ਦੇਣੀ ਹੁੰਦੀ ਹੈ, ਇਹ ਪੂਰਾ ਨਹੀਂ ਹੈਗਾ। ਅੱਛਾ ਜੀ, ਕਹਿੰਦੇ ਛੱਡ ਦਿੰਦੇ ਹਾਂ, ਹੋਰ ਲੱਭਣ ਚਲੇ ਗਏ। ਅਕਬਰ ਛੱਡਤਾ ਨਾ, ਅਕਬਰ ਘੋੜੇ 'ਤੇ ਚੜਿਆ, ਕਹਿੰਦਾ ਯਾਰ ਬੀਰਬਲ ਸਹੀ ਕਹਿੰਦਾ ਸੀ, ਓਏ ਜੋ ਰੱਬ ਕਰਦਾ ਸਹੀ ਕਰਦਾ, ਕਹਿੰਦਾ ਜੇ ਅੰਗੂਠਾ ਨਾ ਵੱਢਿਆ ਹੁੰਦਾ ਮੈਂ ਮਾਰਿਆ ਜਾਂਦਾ ਅੱਜ। ਕਹਿੰਦਾ ਚੱਲ ਮੈਂ ਤਾਂ ਬਚ ਗਿਆ, ਕਿਤੇ ਹੁਣ ਬੀਰਬਲ ਨਾ ਟੰਗ ਤਾਂ ਹੋਵੇ ਉੱਥੇ, ਉਦੋਂ ਕਿਹੜਾ ਕੋਈ ਵਟਸਐਪ ਸੀ। ਭਜਾਇਆ ਘੋੜਾ ਬਾਦਸ਼ਾਹ ਅਕਬਰ ਨੇ ਸਿੱਧਾ ਮਹਿਲਾਂ 'ਚ ਜਿੱਥੇ ਫਾਂਸੀ ਦਿੰਦੇ ਸੀ ਉੱਥੇ ਚਲਾ ਗਿਆ। ਅਕਬਰ ਦੇ ਬੀਰਬਲ ਦੇ
ਗੱਲ ਚ ਰੱਸਾ ਪਾਈ ਖੜੇ ਸੀ, ਬਸ ਫੱਟਾ ਖਿੱਚਣ ਲੱਗੇ ਸੀ, ਕਹਿੰਦੇ ਰੋਕੋ ਰੋਕੋ ਆਰਡਰ ਹੈ ਮੇਰਾ, ਰੱਸਾ ਕੱਢ ਦੋ। ਰੱਸਾ ਕੱਢਤਾ। ਅਕਬਰ ਨੇ ਬੀਰਬਲ ਨੂੰ ਸਾਰੀ ਕਹਾਣੀ ਦੱਸੀ ਕਿ ਐਂ ਹੋਇਆ ਸੀ, ਕਿ ਐਂ ਕਰਕੇ ਮੈਂ ਬਚ ਕੇ ਆ ਗਿਆ, ਯਾਰ ਤੇਰੀ ਗੱਲ ਸਹੀ ਸੀ, ਰੱਬ ਜੋ ਕਰਦਾ ਸਹੀ ਕਰਦਾ। ਅਕਬਰ ਕਹਿੰਦਾ ਬੀਰਬਲ ਮੈਂ ਤੈਥੋਂ ਮਾਫ਼ੀ ਮੰਗਦਾ, ਮੈਂ ਤੈਨੂੰ ਯਾਰ ਫਾਂਸੀ ਦਾ ਆਰਡਰ ਕਰਤਾ। ਉਹ ਕਹਿੰਦਾ ਜਿਹੜਾ ਤੂੰ ਫਾਂਸੀ ਦਾ ਆਰਡਰ ਕੀਤਾ ਨਾ ਬਾਦਸ਼ਾਹ, ਇਹ ਵੀ ਰੱਬ ਜੋ ਕਰਦਾ ਸਹੀ ਕਰਦਾ, ਵਧੀਆ ਹੋ ਗਿਆ। ਉਹ ਕਹਿੰਦਾ ਯਾਰ ਕਮਾਲ ਹੈ, ਮੈਂ ਤੈਨੂੰ ਫਾਂਸੀ ਦਾ ਆਰਡਰ ਕਰਤਾ, ਤੂੰ ਕਹਿੰਦਾ ਵਧੀਆ ਹੋ ਗਿਆ। ਉਹ ਕਹਿੰਦਾ ਜਿਹੜੇ ਹਿਸਾਬ ਨਾਲ ਤੂੰ ਸਟੋਰੀ ਸੁਣਾਈ ਹੈ ਨਾ ਬਾਦਸ਼ਾਹ, ਮੈਂ ਵੀ ਤੇਰੇ ਨਾਲ ਹੀ ਹੋਣਾ ਸੀ, ਉਹਨਾਂ ਨੇ ਤੈਨੂੰ ਛੱਡ ਦੇਣਾ ਸੀ, ਮੈਨੂੰ ਟੰਗ ਲੈਣਾ ਸੀ, ਕਿਉਂਕਿ ਮੈਂ ਪੂਰਾ, ਮੇਰੇ ਤਾਂ ਸਾਰੇ ਅੰਕ ਪੂਰੇ ਨੇ। ਉਹ ਫਾਂਸੀ ਦੇ ਹੁਕਮ ਕਰਕੇ ਮੈਂ ਬਚ ਗਿਆ, ਅੰਗੂਠਾ ਵੱਢਣ ਕਰਕੇ ਤੂੰ ਬਚ ਗਿਆ, ਰੱਬ ਜੋ ਕਰਦਾ। ਸੋ ਇਹ ਕੁਰਸੀ ਤੇ ਆ ਭਗਤ ਬੰਦੇ ਨੇ ਬਹਿਣਾ ਸੀ, ਰੱਬ ਜੋ ਕਰਦਾ ਸਹੀ ਗੱਲ। ਜੇ ਤੁਹਾਡਾ ਬੱਸ ਚੱਲਿਆ ਅੱਜ ਹੀ ਮਸ਼ੀਨ ਮੰਗਾ ਲਓ ਇੱਥੇ, ਵੀ ਸਾਨੂੰ ਤਾਂ ਮਸ਼ੀਨ ਇੱਥੇ ਲਿਆ ਦਿਓ, ਝਾੜੂ ਵਾਲਾ ਬਟਨ ਦੱਬਣਾ, ਗਰਮ ਕਰ ਦੋਗੇ ਮਸ਼ੀਨ ਨੂੰ, 10 ਤਰੀਕ ਨੂੰ ਦੱਬ ਦਿਓ ਬਟਨ, ਉਹ ਬਟਨ ਜਿਹੜਾ 10 ਤਰੀਕ ਨੂੰ ਜਿਹੜਾ ਦੱਬੋਗੇ ਨਾ ਝਾੜੂ ਵਾਲਾ, ਉਹ ਅਸਲ 'ਚ ਝਾੜੂ ਦਾ ਬਟਨ ਨਹੀਂ, ਉਹ ਤੁਹਾਡੀ, ਤੁਹਾਡੇ ਪਰਿਵਾਰ ਦੀ, ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ, ਚਮਕ ਜੂਗੀ ਕਿਸਮਤ।